ਪੁਰਾਣੇ ਦੋਸਤ ਨੇ ਕ੍ਰਿਕਟ ਰਹੇ ਆ ਔਰ ਉਹ ਇਹਨਾਂ ਦਾ ਪਿਆਰ ਜਾਗਿਆ ਤੇ ਅੱਜ ਦੁਨੀਆਂ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਸਾਹ ਲਾਂਗਾ। ਸਿੱਧੂ ਸਾਹਿਬ ਜਿੰਦਾਬਾਦ, ਸਿੱਧੂ ਸਾਹਿਬ ਜਿੰਦਾਬਾਦ, ਇਮਰਾਨ ਖਾਨ ਜਿੰਦਾਬਾਦ, ਇਮਰਾਨ ਖਾਨ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅਸੀਂ ਸਾਰੇ ਇਮਰਾਨ ਖਾਨ ਕ੍ਰਿਕੇਟਰ ਦੇ ਫੈਨ ਹੈਗੇ ਆ। ਮੈਂ ਸਾਰੀ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੱਖ ਲੱਖ ਵਧਾਈ ਦਿੰਦਾ। ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ 5 ਸਾਲ ਪਹਿਲੇ ਮੈਂ ਇੱਥੇ ਆਇਆ ਸੀ। ਇੱਥੇ ਇਹ ਜੋ ਜਿਹੜੀਆਂ ਬਿਲਡਿੰਗਾਂ ਬਣੀ ਕੁਛ ਨਹੀਂ ਸੀ, ਸਾਰਾ ਕੰਮ ਇਮਰਾਨ ਖਾਨ ਨੇ ਬੜੀ ਸਪੀਡ ਨਾਲ ਬੜੇ ਅਚੰਬੇ ਵਾਲਾ ਕੰਮ ਹੋਇਆ ਕਿ ਅਸੀਂ ਤਾਂ ਦੇਖ ਕੇ ਹੈਰਾਨ ਹੋ ਗਏ ਕਿ 5 ਸਾਲ ਪਹਿਲੇ ਆਇਆ ਸੀ, ਇਹੀ ਬਿਲਡਿੰਗ ਸੀ, ਬਾਹਰ ਖੂਹ ਸੀ ਅਤੇ ਬਾਬਾ ਜੀ ਦੀ ਮਜ਼ਾਰ ਸੀ, ਇਹਦੇ ਇਲਾਵਾ ਹੋਰ ਕੁਛ ਨਹੀਂ ਸੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਮਰਾਨ ਖਾਨ ਕਿਸੇ ਤਰ੍ਹਾਂ ਵੱਧ ਚੜ੍ਹ ਕੇ ਕਰਤਾਰਪੁਰ ਦੀ ਸੇਵਾ ਕਰਨਗੇ ਔਰ ਗੁਰੂ ਨਾਨਕ ਸਾਹਿਬ ਦੀਆਂ ਭਰਪੂਰ ਖੁਸ਼ੀਆਂ ਲੈਣਗੇ ਅਤੇ ਨਾਲ ਇਹ ਵੀ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਮੁਲਕ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ। ਗਦਗਦ ਕਰਦਾ ਹੈ, ਇਹ ਜਿਹੜੀ ਫੀਲਿੰਗ ਹੈ ਐਕਸਪਲੇਨ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਹੜੀ ਅਸੀਂ ਫੀਲਿੰਗ ਜੋ ਆਪਾਂ ਸਿੰਘਾਂ ਸਿੰਘਣੀਆਂ ਦੇ ਸਥਾਨ 'ਤੇ ਮਹਿਸੂਸ ਕੀਤੀ ਸੀ, ਇਹ ਕੰਪਲੀਟਲੀ ਉਸ ਤੋਂ ਓਪੋਜ਼ਿਟ ਹੈ। ਮਨ ਖੁਸ਼ੀਆਂ ਨਾਲ ਭਰਿਆ ਹੋਇਆ ਹੈ, ਕਹਿ ਨਹੀਂ ਸਕਦੇ, ਅਸੀਂ ਸਿਰਫ ਇਹੀ ਕਹਿ ਸਕਦੇ ਹਾਂ ਗੁਰੂ ਨਾਨਕ ਤੇਰੀ ਵੱਡੀ ਕਮਾਈ, ਜੋ ਤੇਰੀ ਕਮਾਈ ਕੀਤੀ ਹੋਈ ਸਤਿਗੁਰੂ ਅੱਜ ਅਸੀਂ ਉਹ ਇੱਥੇ ਵੇਖ ਰਹੇ ਹਾਂ। ਸੰਗਤਾਂ ਆ ਰਹੀਆਂ ਹਨ, ਜਾ ਰਹੀਆਂ ਹਨ ਔਰ ਦਿਲ ਗਦਗਦ ਹੋ ਰਿਹਾ ਹੈ। ਅਸੀਂ ਸੰਗਤ ਨੂੰ ਇਸ ਅੱਜ ਅਸੀਂ ਪਹੁੰਚੇ ਹਾਂ ਸਮੁੱਚੇ ਤੌਰ 'ਤੇ ਦਾਸ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਲੱਖ 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 ਵਧਾਈਆਂ ਪੇਸ਼ ਕਰਦੇ ਹਾਂ। ਪਹਿਲੀ ਦਫਾ ਆਇਓ ਮੇਰੇ ਸਤਿਗੁਰ ਦੀਨ ਦਿਆਲਾ, ਮੇਰੇ ਸਤਿਗੁਰ ਦੀਨ ਦਿਆਲਾ। ਬਾਬਾ ਜੀ ਦੇ ਦਰਸ਼ਨ ਸਾਨੂੰ ਖੁੱਲ੍ਹੇ ਹੋਣੇ ਸ਼ੁਰੂ ਹੋ ਗਏ, ਚਰਨ ਤੋੜ ਸਾਰੇ ਸਾਰੀ ਇੰਡੀਆ ਬਾਬਾ ਜੀ ਦੇ ਚਰਨ ਤੋੜ ਵਾਸਤੇ ਤਰਸ, ਬਸ ਸਾਨੂੰ ਖੁੱਲ੍ਹਾ ਮਿਲੇ। ਪੁਲਿਸ ਦੇ ਨਾਲ ਰਵਾਂਗੇ, ਬਾਹਰ ਨਹੀਂ ਨਿਕਲਾਂਗੇ, ਲੋਕ ਤਾਂ ਆਈ ਐਮ ਸ਼ੋਰ ਸਾਨੂੰ ਦੇਖ ਕੇ ਹੀ ਸਟੇ ਅਵੇ, ਬਟ ਦ ਮੂਮੈਂਟ ਵੀ ਸਟੈਪ ਆਊਟਸਾਈਡ ਵਾਹਗਾ ਬਾਰਡਰ ਆਈ ਥਿੰਕ ਪੁਲਿਸ ਵਾਲੇ ਵੀ ਸਮਾਈਲ ਵਾਲੇ ਸੀ, ਰੈਦਰ ਸੜਕ 'ਤੇ ਜਾ ਰਹੇ ਲੋਕ ਨਾ ਥੋੜ੍ਹੀ ਬੱਸਾਂ ਦਾ ਕਾਫਲਾ ਸੀ, ਸੋ ਐਵਰੀਬਡੀ ਸਟੋਪ ਐਂਡ ਦੇ ਵੇਟ ਐਂਡ ਦੇ ਗ੍ਰੀਟਿਡ, ਸੋ ਸੱਚ ਅ ਬਰੋਡ ਸਮਾਈਲ, ਸ਼ਾਇਦ ਸਾਡੀਆਂ ਆਪਣੀਆਂ ਬਹੁਤ ਘੱਟ ਸਮਾਈਲ ਸੀ। ਸੋ ਇਤਨਾ ਵਾਰਮ ਵੈਲਕਮ ਐਕਸਪੈਕਟ ਨਹੀਂ ਕੀਤਾ। ਦਿੱਲੀ ਤੋਂ ਜੋ ਨਾਨਕ ਪਿਆਰ ਤੋਂ ਨਗਰ ਕੀਰਤਨ ਚੱਲ ਕੇ ਗਏ, ਪਰਮਜੀਤ ਸਿੰਘ ਜੀ ਸਰਨਾ ਲੈ ਕੇ ਰਸਤੇ ਦੇ ਵਿੱਚ ਜੋ ਲੁਧਿਆਣਾ ਤੋਂ ਹੁੰਦੇ ਹੋਏ ਸੁਲਤਾਨਪੁਰ ਲੋਧੀ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਜੋ ਵਾਹਗਾ ਬਾਰਡਰ ਪਾਰ ਕਰਕੇ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਪਹੁੰਚੇ, ਸੰਗਤਾਂ ਨੇ ਬੜੇ ਖੁੱਲ੍ਹੇ ਦਰਸ਼ਨ ਦਿਲਾਰੇ ਬੱਕੇ, ਕਿਉਂਕਿ ਸਾਨੂੰ ਬੜਾ ਪਿਆਰ ਮਿਲਿਆ ਇਸ ਧਰਤੀ 'ਤੇ ਆ ਕੇ, ਗੁਰੂ ਨਾਨਕ ਸਾਹਿਬ ਦੀ ਧਰਤੀ 'ਤੇ ਆਣ ਕੇ ਬੜਾ ਪਿਆਰ ਮਿਲਿਆ, ਸੰਗਤਾਂ ਦਾ ਪਿਆਰ ਮਿਲਿਆ, ਸਾਨੂੰ ਨਤਮਸਤਕ ਹੋਈਆਂ ਸੰਗਤਾਂ ਔਰ ਆਪਣੀ ਮਨ ਦੀ ਜਿਹੜੀ ਇੱਛਾ ਸੀ, ਜਿਹੜੀਆਂ ਅਰਦਾਸਾਂ ਅਸੀਂ ਕਰਦੇ ਹਾਂ, ਅਰਦਾਸ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਗੁਰਸਿੱਖਾਂ ਨੂੰ ਬਖਸ਼ੀ। ਅੱਜ ਉਹ ਸਾਡੀਆਂ ਦੋਵਾਂ ਸਰਕਾਰਾਂ ਨੇ ਮਿਲ ਕੇ ਅੱਜ ਉਹ ਸੰਗਤ ਦੀ ਜਿਹੜੀ ਹੈ ਉਹ ਸ਼ਰਧਾ ਭਾਵਨਾ ਉਹ ਪੂਰੀ ਕੀਤੀ ਹੈ, ਸੰਗਤਾਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਨਤਮਸਤਕ ਹੋ ਰਹੀਆਂ ਨੇ, ਬੜਾ ਪਿਆਰ ਮਿਲਿਆ ਇਸ ਦੇਸ਼ ਤੋਂ ਔਰ ਸਾਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਅਸੀਂ ਦਰਸ਼ਨ ਬਾਰੇ ਬਖਸ਼ੇ ਹੈ।